ਅੰਮ੍ਰਿਤਪਾਲ ਬਾਰੇ ਕੀ ਅਪਡੇਟ ਹੈ ਜੀ? ਅੰਮ੍ਰਿਤਪਾਲ ਸਿੰਘ ਦੇ ਬਾਰੇ ਜੀ ਕਈ ਚਰਚਾਵਾਂ ਨੇ, ਪਰ ਪੁਖਤਾ ਜਾਣਕਾਰੀ ਹਾਲੇ ਤੱਕ ਕੋਈ ਨਹੀਂ। ਜਿਹੜੀ ਸਿੱਧੀ ਗੱਲ ਹੈ, ਕਿਉਂਕਿ ਬਿਨਾਂ ਸਿਰ ਪੈਰ ਦੀਆਂ ਗੱਲਾਂ ਇੰਨੀਆਂ ਕਰ ਰਹੀਆਂ, ਉਹਦੇ ਤੇ ਯਕੀਨ ਕਰਨ ਨੂੰ ਦਿਲ ਨਹੀਂ ਕਰਦਾ। ਹੁਣ ਫੋਟੋਆਂ ਜਿਹੜੀਆਂ ਕਿਤੇ ਪਟਿਆਲੇ ਫਿਰਦੇ ਦੀਆਂ ਦਿਖਾਤੀਆਂ, ਐਨਕ ਲੱਗੀ ਹੈ ਜੀ, ਕਦੇ ਉਹ ਮੋਟਰਸਾਈਕਲ ਵਾਲੀਆਂ ਦਿਖਾਤੀਆਂ। ਹੁਣ ਮੋਟਰਸਾਈਕਲ ਦੇ ਮਾਮਲੇ ਦੇ ਵਿੱਚ ਆਪਾਂ ਜਿਹੜੀ ਮਲਵਿੰਦਰ ਮਾਲੀ ਹੋਰਾਂ ਦੇ ਨਾਲ ਬੈਠ ਕੇ ਉਹਦੇ ਗੱਲਬਾਤ ਵੀ ਕਰਕੇ ਆਏ ਹਾਂ, ਉਹਦੇ 'ਚ ਵੀ ਤਾਂ ਉਹਨੇ ਇੱਕ ਹੀ ਗੱਲ ਆਖੀ ਹੈ ਨਾ ਕਿ ਯਾਰ ਕੋਈ ਮੋਟਰਸਾਈਕਲ ਨੂੰ ਐਂ ਥੋੜ੍ਹਾ ਚੱਕ ਕੇ ਲਿਜਾਊਗਾ ਜੇ ਦੱਸਿਆ ਜਾਂਦਾ। ਹੁਣ ਖਾੜਕੂ ਦਿਨਾਂ ਦੀ ਵੀ ਗੱਲ ਹੈ ਕਿ ਉਦੋਂ ਜੇ ਕਿਸੇ ਦਾ ਮੋਟਰਸਾਈਕਲ ਖਰਾਬ ਹੋ ਜਾਂਦਾ ਜਾਂ ਟਰੈਕਟਰ ਵੀ ਖਰਾਬ ਹੋ ਜਾਂਦਾ ਜਾਂ ਪੁਲਿਸ ਵੀ ਮਗਰ ਲੱਗੀ ਹੁੰਦੀ, ਕਦੇ ਤੇਲ ਮੁੱਕ ਗਿਆ, ਉਹ ਇੱਕ ਥਾਂ ਛੱਡਦੇ ਸੀ, ਉੱਥੋਂ ਗਾਂਹ ਤੋਂ ਕੁਛ ਹੋਰ ਫੜ ਲੈਂਦੇ ਸੀ, ਤੇ ਇੱਥੇ ਵੀ ਪੋਸੀਬਿਲਿਟੀ ਸੀਗੀ ਹੋਈ। ਬੇਸ਼ੱਕ ਉਹ ਹਥਿਆਰ ਜੇ ਉਹਨਾਂ ਕੋਲ ਹੈਗੇ ਜਾਂ ਨਹੀਂ ਆ ਤਾਂ ਵੀ, ਤੇ ਜਾਂ ਉਹ ਆ ਵੀ ਦੋ ਬੰਦੇ ਆ ਕਿਸੇ ਤੁਰੇ ਜਾਂਦੇ ਤੇ ਕੰਤੇ ਮਾਰਨ ਖੋ ਕੇ ਲੈ ਜਾਂਦੇ ਆ, ਇੱਥੇ ਇਹਦੇ ਉਲਟ ਦੱਸਿਆ ਗਿਆ। ਫਿਰ ਉਹ ਜਿਵੇਂ ਹੁਣ ਤੱਕ ਪ੍ਰਚਾਰਿਆ ਜਾਂਦਾ ਵੀ ਇੱਧਰ ਚੱਲ ਗਿਆ ਉੱਧਰ ਚੱਲ ਗਿਆ, ਠੀਕ ਹੈ ਗਿਆ ਵੀ ਹੋਊਗਾ। ਹੁਣ ਇੱਕ ਆ ਜਿਹੜਾ ਵਿਊ ਲੈਣ ਵਾਲਾ ਮਹਿਕਮਾ, ਇਹ ਕੋਈ ਨਾ ਕੋਈ ਖਬਰ ਪਾ ਦਿੰਦਾ, ਮੈਂ ਕੱਲ ਵੀ ਦੇਖੀ ਜਾਂਦਾ ਇਹ ਅੰਮ੍ਰਿਤਪਾਲ ਹੂਆ ਗ੍ਰਿਫਤਾਰ ਥੱਲੇ ਕੁਐਸਚਨ ਮਾਰਕ। ਹੁਣ ਆਮ ਬੰਦੇ ਤਾਂ ਉਹ ਇਸੇ ਕਰਕੇ ਦੇਖਦਾ ਵੀ ਗ੍ਰਿਫਤਾਰੀ ਹੋ ਗਈ, ਦੇਖ ਲਈਏ ਵੀ ਕੀ ਹੈ ਸਹੀ ਕਿੱਥੋਂ ਹੈ। ਉਹਦੇ ਤੇ ਕੋਈ ਵੀ ਪੁਸ਼ਟੀ ਹਜੇ ਤੱਕ ਨਹੀਂ ਹੋ ਰਹੀ ਕਿੱਥੇ ਹੈ, 9 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ। ਜੇ ਹੁਣ ਕੁਝ ਲੋਕ ਕਹਿੰਦੇ ਆ ਨਾ ਵੀ ਪੰਜਾਬ ਪੁਲਿਸ ਦੇ ਹੱਥਾਂ ਦੇ ਵਿੱਚ ਹੀ ਆ, ਇਹਦੇ ਨਾਲ ਇੱਕ ਜਥੇਦਾਰ ਦਾ ਬਿਆਨ ਵੀ ਆਉਂਦਾ, ਜਥੇਦਾਰ ਅਕਾਲ ਤਖਤ ਨੇ ਜਿਹੜੀ ਗੱਲ ਆਖੀ ਹੈ ਉਹ ਕਹਿੰਦੇ ਵੀ ਅੰਮ੍ਰਿਤਪਾਲ ਹੋਰਾਂ ਨੂੰ ਸਰੈਂਡਰ ਕਰ ਦੇਣਾ ਚਾਹੀਦਾ। ਕੇਸ ਆ ਜਿਹੜੇ ਕਹਿੰਦੇ ਉਹ ਸਿੱਧਾ ਸਰਕਾਰ ਨੂੰ ਕਹਿਣ ਕਿ ਮੈਂ ਸ਼ਾਮਲ ਹਾਂ, ਦੱਸੋ ਮੇਰੇ ਖਿਲਾਫ ਕਿਹੜਾ ਕਿੱਡਾ ਸੰਗੀਨ ਮਾਮਲਾ ਹੈ, ਤੇ ਉਹਦਾ ਸਾਹਮਣਾ ਕਰਨ ਕਹਿੰਦੇ ਉਹਦੇ ਨਾਲ ਆਧਾਰ ਬਣੋ। ਹੁਣ ਜੇ ਤਾਂ ਜਥੇਦਾਰ ਅਕਾਲ ਤਖਤ ਇਹ ਗੱਲ ਕਹਿੰਦਾ ਹੈ ਤਾਂ ਬਹੁਤ ਸਾਰੇ ਲੋਕ ਚੁੱਪ ਕਰਕੇ ਹੋਣਗੇ, ਪਰ ਜਿਹੜੀਆਂ ਗੱਲਾਂ ਜਦੋਂ ਆਪਾਂ ਜਾਂ ਆਪਣੇ ਵਰਗੇ ਹੋਰ ਬਹੁਤ ਸਾਰੇ ਲੋਕਾਂ ਨੇ ਉਹ ਆਖੀਆਂ ਜਿਹੜੀਆਂ, ਕਿਉਂਕਿ ਮੀਡੀਆ 'ਚ ਆਈਆਂ, ਪੁਲਿਸ ਦਾ ਪੱਖ ਆਇਆ ਵੀ ਭਾਈ ਉਹ ਹਾਂਜੀ ਫਰਾਰ ਹੈ, ਪੁਲਿਸ ਇਹ ਗੱਲ ਕਹਿੰਦੀ ਹੈ, ਤੇ ਉਦੋਂ ਲੋਕ ਗਾਲਾਂ ਕੱਢਦੇ ਸੀ। ਮਤਲਬ ਮੈਂ ਅੱਜ ਵੀ ਕਹਿਣਾ ਕਿ ਸਾਡੇ ਕੋਲੇ ਕੋਈ ਜਾਣਕਾਰੀ ਇਸ ਤਰ੍ਹਾਂ ਦੀ ਨਹੀਂ ਕਿ ਉਹ ਫਰਾਰ ਹੈ ਤੇ ਜਾਂ ਉਹ ਹਿਰਾਸਤ ਦੇ ਵਿੱਚ ਹੈ। ਤੁਹਾਡੇ ਕੋਲੇ ਤੁਸੀਂ ਕੋਈ ਸਬੂਤ ਰੱਖੋ ਜਿਹਦੇ ਕੋਲੇ ਵੀ ਹੈਗੀ ਹੈ, ਪਰ ਜਿਵੇਂ ਜਥੇਦਾਰ ਅਕਾਲ ਤਖਤ ਦਾ ਬਿਆਨ ਆ ਗਿਆ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਸਰੈਂਡਰ ਕਰ ਦੇਣਾ ਚਾਹੀਦਾ, ਤੇ ਜੇ ਉਹ ਸੱਚੀ ਹੋਈ ਕਿਤੇ ਹੈਗੇ ਨੇ ਉਹ ਸਰੈਂਡਰ ਬੇਸ਼ੱਕ ਨਾ ਵੀ ਕਰਨ, ਉਹ ਤਾਂ ਚਲੋ ਉਹਨਾਂ ਦੀ ਮਰਜ਼ੀ ਹੈ, ਘੱਟੋ ਘੱਟ ਉਹ ਵੀਡੀਓ ਦੇ ਜ਼ਰੀਏ ਤਾਂ ਆਪਦਾ ਮੈਸੇਜ ਛੱਡ ਦੇਣ, ਉਹਦੇ ਵਾਸਤੇ ਤਾਂ ਬੜੇ ਰਾਹ ਨੇ ਕਿ ਇੱਥੋਂ ਬੰਦਾ ਹਾਂਜੀ ਬੈਠਾ ਹੈਗਾ ਵੀਡੀਓ ਆਪਦੇ ਕਿਸੇ ਹੈਂਡਲ ਤੋਂ ਬਾਹਰ ਭੇਜ ਦਿੰਦਾ, ਉੱਥੋਂ ਅਗਲੇ ਪਾ ਦਿੰਦੇ ਆ। ਇਹੋ ਜਿਹਾ ਕਾਫੀ ਕੁਛ ਹੈ ਜਿਹੜਾ ਹੋ ਸਕਦਾ ਹੈ। ਦੂਜੀ ਗੱਲ ਕਿ ਨੇਪਾਲ ਚ ਲੱਗੇ ਪੋਸਟਰ, ਕਹੋ ਜਿੱਥੋਂ ਮਰਜ਼ੀ ਫੋਟੋ ਖਿੱਚ ਲਓ, ਨੇਪਾਲ ਦੀ ਕਿਸੇ ਦੁਕਾਨ ਤੋਂ ਉੱਥੇ ਪੋਸਟਰ ਲੱਗ ਗਏ ਤੇ ਆਹ ਦੇਖੋ ਜੀ ਵੀ ਵਰਲਡ ਵਾਈਡ ਇਹ ਹੋ ਗਿਆ, ਉੱਥੇ ਟੀਮ ਭੇਜੀ ਗਈ ਹੈ, ਸਖਤੀ ਹੈ, ਚਲੋ ਬਾਰਡਰਾਂ ਤੇ ਕਰਨੀ ਹੁੰਦੀ ਹੈ, ਉਹ ਹੋ ਗਈ ਹੈ। ਸਵਾਲ ਇੱਕ ਤੇ ਇਹ ਆਪਾਂ ਸਰਕਾਰ ਪਰਸੋਂ ਦੇ ਦੇਖ ਵੀ ਰਹੇ ਸੀ, ਹੁੰਦਾ ਇੱਕ ਬੰਦੇ ਨੇ ਪਾ ਰੱਖਿਆ ਸੀ 24 ਘੰਟੇ ਦੇ ਵਿੱਚ ਜਿਉਂਦਾ ਜਾਂ ਉਹ ਮੁਰਦਾ ਸਾਹਮਣੇ ਆ ਜਾਊਗਾ ਜੀ, ਐਂ ਹੋ ਜਾਊਗਾ, ਖਾਸਾ ਬੜਾ ਦਾਅਵਾ ਕਰ ਰੱਖਿਆ ਸੀ ਆਪਾਂ ਦੇਖ ਰਹੇ ਸੀ ਪਰਸੋਂ, ਉਹਦਾ ਵੀ ਉਹੀ ਕੋਈ ਗੱਲ ਪਤਾ ਹੈ ਨਹੀਂ ਜੀ, ਬਾਅਦ ਲੱਗਿਆ। ਤੁਸੀਂ ਦੇਖੋ ਹੁਣ ਉਹ ਫਿਰ ਉਹੀ ਗੱਲ ਆ ਨਾ, ਉਹੀ ਪੋਸਟਾਂ ਪਾਉਣ ਵਾਲਾ ਉਹੀ ਲੋਕ ਨੇ ਨਾ ਵੀ ਜਿਹੜੇ, ਉਹਨਾਂ ਦਾ ਨਾ ਤਾਂ ਇਹ ਹੁੰਦਾ ਹੈ ਕਿ ਅਸੀਂ ਜ਼ਿੰਮੇਵਾਰੀ ਦੇ ਨਾਲ ਕੰਮ ਕਰਨਾ ਹੈ, ਨਾ ਉਹਨਾਂ ਨੂੰ ਇਹ ਹੁੰਦਾ ਕਿ ਇਹ ਖਬਰ ਦੇ ਵਿੱਚ ਕਿਹਦਾ ਫਾਇਦਾ ਕਿਹਦਾ ਨੁਕਸਾਨ ਹੋਊ, ਕਹਿੰਦਾ ਸਾਡਾ ਫਾਇਦਾ ਹੋਵੇ, ਸਾਡੇ ਵਿਊ ਵਧਣ। ਵੀ ਯਾਰ ਆਹ ਬੰਦੇ ਕੋਲੇ ਬੜੀ ਪੁਖਤਾ ਇਨਫੋਰਮੇਸ਼ਨ ਹੈ। ਹੁਣ ਉਹ ਬੰਦੇ ਦੀ ਜਿਹੜੇ ਦੀ ਉਹ ਕਟਿੰਗ ਜੀ ਆਪਣੇ ਕੋਲੇ ਵੀ ਆਈ ਸਨੈਪਸ਼ਾਟ ਦੇ ਰਾਹੀਂ, ਤਾਂ ਉਹਨੇ ਪਰਸੋਂ ਇਹ ਗੱਲ ਪਾਈ ਸੀ, 2-4 ਘੰਟੇ ਉਦੋਂ ਪਹਿਲਾਂ ਵੀ ਹੋ ਗਏ ਸੀ ਜਦੋਂ ਆਪਾਂ ਦੇਖ ਰਹੇ ਸੀਗੇ। ਅੱਜ ਤੱਕ ਉਹਦਾ ਕੁਛ ਨਹੀਂ ਆਇਆ, ਕਿਉਂਕਿ ਇੱਕ ਵਾਰ ਇਹ ਹੈ ਨਾ ਕਿ ਜਦੋਂ ਤੁਸੀਂ ਉਹ ਪੋਸਟ ਪਾਤੀ ਜਾਂ ਕੁਛ ਲਿੰਕ ਪਾਤਾ ਜਾਂ ਦਮਗਜਾ ਮਾਰਤਾ ਲੋਕਾਂ ਨੇ ਤੁਹਾਡੇ ਪੇਜ ਦੇ ਉੱਤੇ ਜਾਂ ਜਿੱਥੇ ਵੀ ਤੁਹਾਡਾ ਤੁਸੀਂ ਉਹ ਪੋਸਟ ਕੀਤੀ, ਲੋਕਾਂ ਨੇ ਉੱਥੇ ਆ ਕੇ ਦੇਖਣਾ, ਉੱਥੋਂ ਨਿਕਲਦਾ ਕੁਛ ਨਹੀਂ, ਕ੍ਰੈਡੀਬਿਲਟੀ ਤੁਸੀਂ ਆਪਦੀ ਖਰਾਬ ਕਰ ਲੈਂਦੇ ਹੋ, ਵਿਊ ਤਾਂ ਚਲ ਮਿਲ ਜਾਂਦੇ ਆ। ਸੋ ਇਹ ਚੀਜ਼ਾਂ ਉਹਨਾਂ ਲੋਕਾਂ ਦੀਆਂ, ਤਾਂ ਖੈਰ ਉਹਦੇ ਤੇ ਆਪਾਂ ਬਹੁਤਾ ਗੱਲ ਵੀ ਨਹੀਂ ਕਰ ਸਕਦੇ। ਅਗਲੀ ਗੱਲ ਜਿਹੜੀ ਹੈ ਨਾ, ਉਹ ਪੰਜਾਬ ਸਰਕਾਰ ਦੇ ਫੇਲੀਅਰ ਦੇ ਉੱਤੇ ਲਗਾਤਾਰ ਆ ਰਹੀ ਹੈ ਕਿ ਇੱਥੇ ਜਿਵੇਂ ਆਪਾਂ ਪਹਿਲਾਂ ਦੇਖ ਕੇ ਹਟਿਆਂਗੇ, ਵੈਸੇ ਸਰਕਾਰ ਕਹਿੰਦੀ ਹੈ ਕਿ ਇਹੋ ਜਿਹੀਆਂ ਚੀਜ਼ਾਂ ਨਹੀਂ ਦੇਖਣੀਆਂ। ਜੋ ਲਾਰੈਂਸ ਹਾਂਜੀ ਖਸ਼ੋਗੀ ਵਾਲਾ ਕਾਂਡ ਹੈ ਉਹ ਕਿੱਧਰ ਦੱਬ ਦਿੱਤਾ ਗਿਆ, ਉਹਦੇ ਤੇ ਗੱਲ ਹੀ ਨਹੀਂ ਹੋ ਰਹੀ, ਚਾਹੀਦਾ ਤਾਂ ਉਹ ਸੀਗਾ ਹਾਂਜੀ ਨਾ, ਉਹ ਵੀ ਤਾਂ ਫੇਲਰ ਹੀ ਸੀਗਾ ਸਰਕਾਰ ਦਾ। ਪਰ ਇੱਥੇ ਜੇ ਸਰਕਾਰ ਇਹ ਦਾਵਾ ਕਰਦੀ ਹੈ ਕਿ ਸਾਡੇ ਕੋਲ ਭੱਜ ਗਿਆ ਤੇ ਲੋਕ ਕਹਿੰਦੇ ਉਹਨਾਂ ਦੇ ਕੋਲ ਹੈ, ਤਾਂ ਕਿਰਕਰੀ ਤਾਂ ਸਰਕਾਰ ਦੀ ਹੋ ਰਹੀ ਹੈ। ਦੂਜੇ ਪਾਸੇ ਜਿਹੜੇ ਵਿਰੋਧੀ ਨੇ ਉਹ ਨਜ਼ਾਰੇ ਲਈ ਜਾਂਦੇ ਆ। ਹੁਣ ਹਿਮਾਚਲ ਆਪਣੇ ਹਰਿਆਣੇ ਦੇ ਅਨਿਲ ਵਿੱਜ ਹੋ ਰਿਹਾ, ਜਿਹੜੇ ਉਹਨਾਂ ਨੇ ਆਖਿਆ ਕਿ ਅਸੀਂ ਤਾਂ ਭਾਈ ਪੰਜਾਬ ਪੁਲਿਸ ਨੂੰ ਦੱਸਤਾ ਸੀਗਾ ਕਿ ਸਾਡੇ ਕੋਲ ਆ, ਇਹ 1.5 ਦਿਨ ਬਾਅਦ ਉੱਥੇ ਪਹੁੰਚੇ ਆ। ਤੇ ਜੇ ਗੱਲ ਇਹ ਇਵੇਂ ਸੱਚੀ ਹੋਈ ਆ, ਮੈਨੂੰ ਲੱਗਦਾ ਇਹ ਸੱਚੀ ਹੋਈ ਹੋਊਗੀ, ਉਹਦਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚੋਂ ਕੋਈ ਵੀ ਨਹੀਂ ਬੋਲਿਆ ਇਹ ਸਵਾਲ ਨੂੰ ਤੁਸੀਂ ਕਾਊਂਟਰ ਕਰਨ ਦੇ। ਅਜੇ ਤੱਕ ਮੈਂ ਖਬਰ ਨਹੀਂ ਦੇਖੀ, ਹੋ ਸਕਦਾ ਕਿਸੇ ਹੋਰ ਨੇ ਦੇਖੀ ਹੋਈ ਤਾਂ ਥੱਲੇ ਲਿੰਕ ਪਾ ਦਿਓ ਕਿ ਪੰਜਾਬ ਸਰਕਾਰ ਨੇ ਕਿਹਾ ਜਾਂ ਪੰਜਾਬ ਦੇ ਡੀਜੀਪੀ ਨੇ ਕਿਹਾ ਕਿ ਵੀ ਸਾਡੇ ਕੋਲ ਇਨਫੋਰਮੇਸ਼ਨ ਲੇਟ ਪਹੁੰਚੀ ਤੇ ਅਸੀਂ ਮੌਕੇ ਤੇ ਪਹੁੰਚ ਗਏ, ਇਹੋ ਜਿਹਾ ਕੁਛ ਨਹੀਂ ਹੋਇਆ। ਅਨਿਲ ਵਿਜ ਨੇ ਇਹੀ ਆਖਿਆ ਸੀ ਨਾ ਕਿ ਕੁਰੂਕਸ਼ੇਤਰ ਦੇ ਵਿੱਚ ਜਦੋਂ ਉਹਦੇ ਰੁਕੇ ਹੋਣ ਦਾ ਸਾਨੂੰ ਪਤਾ ਲੱਗਿਆ, ਅਸੀਂ ਇਨਫੋਰਮੇਸ਼ਨ ਦੇ ਦਿੱਤੀ ਤੇ ਪੰਜਾਬ ਪੁਲਿਸ 1.5 ਦਿਨ ਬਾਅਦ ਪਹੁੰਚੀ ਹੈ। ਤੇ ਜੇ ਅਨਿਲ
ਅੱਜ ਜਿਹੜੀ ਖਬਰ ਹੈ ਉਹਦੇ ਮੁਤਾਬਕ ਇਹ ਹੈ ਕਿ 300 ਤੋਂ ਉੱਤੇ ਜਿਹੜੇ ਨੌਜਵਾਨ ਸੀਗੇ ਉਹ ਹਿਰਾਸਤ ਚ ਲੈ ਗਏ। ਉਹਨਾਂ ਚੋਂ 40 ਹੈ ਜਿਹੜੇ ਉਹਨਾਂ ਨੂੰ ਸੰਗੀਨ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ। 7 ਦੇ ਉੱਤੇ NSA ਲੱਗਿਆ, 193 ਦੇ ਕਰੀਬ ਹੈ ਜਿਹੜੇ ਛੱਡ ਦਿੱਤੇ ਗਏ ਨੇ। ਇਹ ਗ੍ਰਿਫਤਾਰੀਆਂ ਹੋਰ ਵਧਣਗੀਆਂ। ਉਹਦੇ ਕੁਛ ਤਾਂ ਇਹ ਹੈ ਕਿ ਕੁਛ ਪਰਿਵਾਰ ਕਹਿੰਦੇ ਕਿ ਜੀ ਸਾਡੇ ਜਿਹੜੇ ਪਰਿਵਾਰਾਂ ਦੇ ਨਾਲ ਸੰਬੰਧਿਤ ਵਿਅਕਤੀ ਹੈ ਹਜੇ ਮਿਲੇ ਨਹੀਂ। ਉਹ 11 ਪਟੀਸ਼ਨ ਹੈ ਜਿਹੜੀਆਂ ਉਹ ਹਾਈ ਕੋਰਟ ਦੇ ਵਿੱਚ ਸੀਗੀਆਂ। ਪਰ ਉੱਥੇ ਜਿਹੜੀ ਅਗਲੀ ਗੱਲ ਆਉਂਦੀ ਆ, ਉਹ ਸਵਾਲ ਇਹ ਸੀਗਾ ਕਿ ਉਹਨਾਂ ਦੇ ਕੋਲੇ ਸਬੂਤ ਤਾਂ ਹੈਗੇ ਨਾ ਪਰਿਵਾਰ ਕੋਲੇ, ਜੇ ਉਹ ਗ੍ਰਿਫਤਾਰ ਕੀਤੇ ਆ ਤਾਂ ਪੁਲਿਸ ਨੂੰ ਦੱਸਣਾ ਚਾਹੀਦਾ ਕਿੱਥੇ ਆ। ਚਲੋ ਹਾਈ ਕੋਰਟ ਦੇ ਵਿੱਚ ਤਾਂ ਦੱਸਣਾ ਹੀ ਪਊਗਾ। ਅਗਲੇ ਕਹਿੰਦੇ ਚੱਕੇ ਆ, ਕੋਈ ਸਬੂਤ ਹੋਣਗੇ ਉਹਨਾਂ ਕੋਲੇ ਚੱਕਿਆਂ ਦੇ, ਜਾਂ ਕੁਛ ਲੋਕ ਲਾਪਤਾ ਵੀ ਹੋਏ ਵੇ ਨੇ, ਕੁਛ ਡਰਦੇ ਵੀ ਹੋਏ ਵੇ, ਕੁਛ ਕੀਤੇ ਵੇ ਵੀ ਹੈ। ਉਹ ਸਾਰੀਆਂ ਚੀਜ਼ਾਂ ਨਾਲ ਨਾਲ ਚੱਲੀ ਜਾਂਦੀਆਂ। ਪਰ ਉਹ ਤੋਂ ਬਿਨਾਂ ਇੱਕ ਹੋਰ ਹੈ ਕਿ ਜਿਵੇਂ ਹੁਣ ਪਪਲਪ੍ਰੀਤ ਸਿੰਘ ਹੋ ਰਿਹਾ, ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੈ ਜਿਹੜੇ ਉਹਨਾਂ ਨੂੰ ਹਿਰਾਸਤ 'ਚ ਲਿਆ ਜਾ ਰਿਹਾ, ਉਹਨਾਂ ਦੇ ਨਾਲ ਨੈਟਵਰਕ ਜੁੜ ਜਾਂਦਾ ਹੈ। ਕਿਉਂਕਿ ਜਿਹੜੀ ਕੁੜੀ ਇੱਥੋਂ ਆਪਣੇ ਹਰਿਆਣੇ ਚੋਂ ਅਰੈਸਟ ਕੀਤੀ ਹੈ, ਜਿਹਦੇ ਬਾਰੇ ਕਹਾਣੀ ਇਹ ਦੱਸੀ ਜਾਂਦੀ ਹੈ ਕਿ ਪਪਲਪ੍ਰੀਤ ਦੇ ਉਹ ਨੈਟਵਰਕ ਦੇ ਵਿੱਚ ਸੀ, ਉੱਥੇ ਇਹਨਾਂ ਨੇ ਰਾਤ ਕੱਟੀ ਹੈ, ਤੇ ਉੱਥੇ ਆਪਣੇ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਇੱਕ ਕੋਡ ਦੇ ਕੇ ਉਹਨਾਂ ਨੂੰ ਆਖਿਆ ਸੀ ਕਿ ਆਹ ਨੰਬਰ ਤੇ ਫੋਨ ਕਰਨਾ ਹੈ, ਇਹਨਾਂ ਨੂੰ ਦੱਸ ਦਿਓ ਕਿ ਚਾਬੀ ਬੈੱਡ ਦੇ ਥੱਲੇ ਪਈ ਹੈ, ਰੀਨਾ ਜਾਂ ਰੀਟਾ ਜੋ ਵੀ ਨਾਂ ਲੈਕੇ, ਵੀ ਇੱਕ ਕੋਡ ਦੇ ਵਿੱਚ ਉਹਨਾਂ ਨੇ ਗਾਹਾਂ ਮੈਸੇਜ ਡਿਲੀਵਰ ਕਰਨ ਨੂੰ ਕਿਹਾ ਸੀ। ਉੱਥੋਂ ਹੀ ਕੁਛ ਕਾਲਾਂ ਤੇ ਉਹ ਫੋਨਾਂ ਦੇ ਵਿੱਚੋਂ ਕੁਛ ਚੀਜ਼ਾਂ ਇੰਟਰਸੈਪਟ ਕਰਕੇ ਉਹਨਾਂ ਦਾ ਜਿਹੜਾ ਪੁਲਿਸ ਦੇ ਵੱਲੋਂ ਪਪਲਪ੍ਰੀਤ ਹੋਰਾਂ ਦੀ ਭੈਣ ਤੇ ਜੀਜਾ ਜਿਹੜਾ ਉਹਨਾਂ ਨੂੰ ਜੰਮੂ ਤੋਂ ਹਿਰਾਸਤ ਵਿੱਚ ਲਿਆ ਗਿਆ। ਉਹ ਇਹ ਗ੍ਰਿਫਤਾਰੀਆਂ ਤਾਂ ਵਧਣਗੀਆਂ ਕਿ ਗਾਹਾਂ ਦੀ ਗਾਹਾਂ ਕਹਾਣੀ ਹੈ ਜਿਹੜੀ ਉਹ ਜੁੜਦੀ ਜਾਊਗੀ ਜਾਂ ਜੋੜੀ ਜਾਂਦੀ ਰਹੂਗੀ। ਕਿਉਂਕਿ ਇਹਦੇ ਉੱਤੇ ਵੀ ਲਗਾਤਾਰ ਚਰਚਾ ਚੱਲਦੀ ਹੈ ਨਾ ਕਿ ਜਦੋਂ ਇਹੋ ਜਿਹਾ ਕੋਈ ਮਾਮਲਾ ਹੋਵੇ ਜਿੱਥੇ ਖੁੱਲਾ ਜਿਹਾ ਹੋਵੇ ਕੇਸ, ਵੀ ਇਹਦੇ 'ਚ ਜਿੰਨੇ ਬੰਦੇ ਮਰਜ਼ੀ ਸ਼ਾਮਿਲ ਕੀਤੇ ਜਾਂਦੇ ਆ, ਫਿਰ ਉਹਦੇ 'ਚ ਇੱਕ ਹੱਥ ਰੰਗਣ ਵਾਲਾ ਟੋਲਾ ਵੀ ਆ ਜਾਂਦਾ। ਉਹ ਪੁਲਿਸ ਦੇ ਵਿੱਚੋਂ ਵੀ ਹੁੰਦੇ ਆ, ਦੂਸਰੇ ਇਹ ਵੀ ਹੁੰਦੇ ਆ ਕਿ ਤੁਸੀਂ ਫੜ ਲਓ ਛੁਡਾ ਅਸੀਂ ਆਪੇ ਲਿਆਵਾਂਗੇ। ਉਹ ਚੀਜ਼ਾਂ ਦੇ ਉੱਤੇ ਦੇਖੋ ਅੱਜ ਤੱਕ ਸਾਡੇ ਕੋਲ ਪੁਸ਼ਟੀ ਤਾਂ ਹੋਈ ਨਹੀਂ, ਪਰ ਇਹ ਹੁੰਦਾ ਹੈ ਜੇ ਇਹ ਕੇਸਾਂ ਦੇ ਵਿੱਚ ਅੱਜ ਵਾਲਿਆਂ 'ਚ ਮੈਂ ਕਹਿਣਾ ਕਿ ਹਜੇ ਤੱਕ ਇਹਦੀ ਕੋਈ ਇਨਫੋਰਮੇਸ਼ਨ ਨਹੀਂ। ਦੂਜਾ ਕਿ ਜਿਹਦਾ ਧੀ ਪੁੱਤ ਬਾਹਰ ਆ ਗਿਆ ਉਹ ਕਦੇ ਨਹੀਂ ਕਹਿੰਦਾ ਕਿ ਮੈਂ ਪੈਸੇ ਦੇ ਕੇ ਛੁਡਾ ਕੇ ਲਿਆ, ਤੇ ਕੁਛਕ ਨੂੰ ਆਟੇ ਨਾਲ ਪੜੇਥਣ ਵੀ ਲੱਗ ਜਾਂਦਾ। ਸੋ ਵਾਹਵਾ ਚੀਜ਼ਾਂ ਨੇ। ਦੂਜੀ ਗੱਲ ਬਾਰ ਬਾਰ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ, ਆਪਾਂ ਪਹਿਲਾਂ ਵੀ ਕਹਿੰਦੇ ਆ ਕਿਸੇ ਵੀ ਮਾਮਲੇ ਦੇ ਉੱਤੇ ਬਿਨ ਸਰਪੈਰ ਦੀ ਪੋਸਟ ਨਹੀਂ ਪਾਉਣੀ ਚਾਹੀਦੀ ਹੁੰਦੀ ਤੇ ਉਹਦਾ ਨੁਕਸਾਨ ਹੁੰਦਾ ਹੈ। ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਨੇ ਬਕਾਇਦਾ ਤੌਰ ਤੇ ਕਿਹਾ ਕਿ ਜੇ ਕੋਈ ਬੰਦਾ ਇਹਨਾਂ ਦੇ ਅੰਮ੍ਰਿਤਪਾਲ ਹੋਰਾਂ ਦੇ ਹੱਕ ਦੇ ਵਿੱਚ ਕੋਈ ਪੋਸਟ ਪਾਊਗਾ ਜਾਂ ਕੋਈ ਇਦਾਂ ਦਾ ਕਰੂਗਾ, ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲਵਾਂਗੇ, ਤੇ ਉਹ ਲੈ ਵੀ ਜਾ ਰਹੇ ਆ। ਤੇ ਮੇਰੀ ਬੇਨਤੀ ਆ, ਸਲਾਹ ਹੈ, ਬਾਕੀ ਤਾਂ ਤੁਸੀਂ ਕਹਿਣਾ ਜੋ ਮਰਜ਼ੀ ਹੁੰਦਾ, ਸਾਨੂੰ ਇਸ ਗੱਲ ਨਾਲ ਕੋਈ ਪ੍ਰਵਾਹ ਨਹੀਂ ਹੁੰਦੀ, ਵੀ ਜੇ ਤੁਸੀਂ ਸੋਸ਼ਲ ਮੀਡੀਆ ਤੇ ਬੈਠੋ, ਚਾਹੇ ਵਿਦੇਸ਼ ਦੇ ਵਿੱਚ ਬੈਠੋ ਤੇ ਚਾਹੇ ਦੇਸ਼ ਦੇ ਵਿੱਚ ਬੈਠੋ, ਸ਼ਬਦਾਂ ਦਾ ਖਿਆਲ ਰੱਖੋ, ਗੁਰੇਜ਼ ਕਰੋ ਕਿ ਤੁਸੀਂ ਐਵੇਂ ਖਾਮਖਾ ਸ਼ਿਕਾਰ ਨਾ ਬਣ ਜਾਓ। ਜੇ ਬਾਹਰੋਂ ਵੀ ਆਉਣੋ ਕਿਤੇ ਤੁਹਾਡੇ ਆਈਡੀ ਉਡੀ ਟਰੈਕ ਹੋ ਜਾਂਦੀ ਹੈ, ਜਦੋਂ ਕਿਤੇ ਕੋਈ ਮਾਮਲਾ ਆਉਂਦਾ ਤੁਸੀਂ ਫੜੇ ਜਾਂਦੇ ਹੋ, ਉਦੋਂ ਫਿਰ ਔਖ ਤੁਹਾਨੂੰ ਆਊਗੀ, ਨਿੱਕੀ ਜਿਹੀ ਗੱਲ ਦੀ ਆ ਜਾਂਦੀ ਹੈ। ਪਰ ਜੇ ਹਾਂ ਇਹ ਕਿ ਤੁਹਾਡੇ ਕੋਲੇ ਜਾਣਕਾਰੀ ਸਹੀ ਹੈ, ਫਿਰ ਐਡੀ ਲੁਕਾਉਣ ਵਾਲੀ ਗੱਲ ਵੀ ਨਹੀਂ ਹੁੰਦੀ। ਅਸੀਂ ਵੀ ਤਾਂ ਬੋਲ ਰਹੇ ਹਾਂ, ਪਰ ਅਸੀਂ ਉਦੋਂ ਬੋਲਦੇ ਹਾਂ ਜਦੋਂ ਸਾਡੇ ਕੋਲੇ ਕੁਛ ਕਹਿਣ ਨੂੰ ਹੁੰਦਾ ਤੇ ਜਦੋਂ ਤੱਥ ਹੁੰਦੇ ਆ। ਡਾਕਟਰ ਸਾਹਿਬ